ਤੁਸੀਂ ਸਾਰੇ ਵਧੀਆ ਹੋਗੇ ਤੇ ਕਈ ਸਾਰੇ ਕਮੈਂਟ ਆਏ ਸੀਗੇ ਵੀ 1 ਲੱਖ ਤੋਂ ਲੈ ਕੇ 3 ਲੱਖ ਦੇ ਬਜਟ ਦੇ ਵਿੱਚ ਕੋਈ ਗੱਡੀ ਦਿਖਾਓ ਤੇ ਅੱਜ ਜਿੰਨੀ ਵੀ ਦਿਖਾਉਂਗਾ ਨਾ 1 ਲੱਖ ਤੋਂ ਲੈ ਕੇ 3-3.5 ਲੱਖ ਦੀ ਬਜਟ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਨੇ ਤੇ ਮੈਂ ਖੜਾ ਇੱਥੇ ਦੀਪ ਮੋਟਰਸ ਕੋਲੇ ਤੇ ਗੱਡੀਆਂ ਦੇ ਸਾਰੀ ਡਿਟੇਲ ਤੁਹਾਨੂੰ ਦਿਖਾਉਂਗਾ ਸਿਨੇਮੈਟਿਕ ਸ਼ਾਟ ਦਾ ਤੁਸੀਂ ਦੇਖ ਹੀ ਲਏ ਹੁਣ ਕਰਦੇ ਹਾਂ ਗੱਡੀਆਂ ਦੀ ਡਿਟੇਲ ਸਟਾਰਟ ਤੇ ਵੀਅਰਸ ਫਸਟ ਗੱਡੀ i20 2011 ਮਾਡਲ ਫਰੰਟ ਲੁੱਕ ਦੇਖ ਸਕਦੇ ਹੋ ਨਹੀਂ ਨਹੀਂ ਯਾਰ ਹਲੋ ਹਾਂਜੀ ਹਾਂਜੀ सर दस्सियो डिटेल इहदी 11 मॉडल है जी स्पोर्ट्स पेट्रोल वेरिएंट है सेकंड ओनर है 64,000 चले कंपनी रिकॉर्ड डॉक्टर दी कार है डॉक्टर दी कार है ओके की डिमांड कर दियो सर डिमांड है जी 3.5 दी 3.5 दी ठीक है व्यूअर्स अंदरों कंडीशन देख सकते हो काफी बढ़िया कंडीशन है तो व्यूअर्स यह है बैक साइड की कंडीशन जिदा कह रहे हैं कि डॉक्टर की कार है तो आ चीज़ देख सकते हो लोगो ठीक है तो व्यूअर्स नैक्सट है आल्टो 2014 LXi सर दसो डिटेल 14 मॉडल है जी सेकंड ओनर है ये भी सेकंड ओनर हाँ जी पेट्रोल वेरिएंट है 43,000 चली है जी 43 जेन्युइन है ठीक है प्राइस है जी 2.5 लाख रुपया 2.5 लाख डिमांड ने ठीक है प्राइस व्यूअर्स सारे नेगोशिएबल रहेंगे ऑन टेबल डिस्काउंट मिलेगा टायर चारों नवे ने ते टायरों की कंडीशन देख सकते हो बिल्कुल न्यू आ ते ए है बैक साइड की कंडीशन ते नेक्स्ट सर ए दी डिटेल दस्यो 2009 मॉडल है स्पार्क फर्स्ट ऑन है टायर टू दारू नवी जी डिमांड है ये 1,40,000 ते ए है अंदर दी कंडीशन की डिमांड करते 1,40,000 1,40,000 ठीक है बाकी डिस्काउंट हो जाएगा बाकी मौके पे डिस्काउंट हो जाएगा ये है बैक साइड की कंडीशन ते सर नेक्स्ट एदी डिटेल दस्यो 17 मॉडल है 20 ऑटोमेटिक 50,000 चली है जी 50,000 चली है ठीक है ऑटोमेटिक कार है टॉप वाला मॉडल है ये फर्स्ट ओनर है सेकंड है फर्स्ट ही फर्स्ट की डिमांड कर दो सर डिमांड है ये 3,40,000 की 3,40,000 ठीक है ते व्यूअर्स बैक साइड की कंडीशन है ते वेरिएंट ਤੁਸੀਂ ਇੱਥੋਂ ਵੀ ਚੈੱਕ ਕਰ ਸਕਦੇ ਹੋ ਬੈਕ ਸਾਈਡ ਅਸੀਂ ਤਾਂ ਹੀ ਦਿਖਾਣਿਆ ਵੀ ਕਿਸੇ ਗੱਡੀ ਦੇ ਵੇਰੀਐਂਟ ਦੱਸਣਾ ਜੇ ਭੁੱਲ ਜਾਂਦੇ ਆ ਤੇ ਵੇਰੀਐਂਟ ਤੁਸੀਂ ਇੱਥੋਂ ਕਵਰ ਕਰ ਸਕਦੇ ਹੋ ਤੇ ਨੈਕਸਟ ਸਰ ਇਹਦੀ ਡਿਟੇਲ ਦੱਸਿਓ ਇਹ ਸੈਂਟਰੋ 2008 ਮਾਡਲ 2008 ਮਾਡਲ ਸੈਂਟਰੋ ਵੇਰੀਐਂਟ ਐਕਸਲ ਐਕਸਲ ਪਾਵਰ ਵਿੰਡੋ ਪਾਵਰ ਸਟੀਅਰਿੰਗ ਸਭ ਕੁਝ ਹੈ ਜੀ ਅੱਛਾ ਦੋਨੋਂ ਚਾਬੀਆਂ ਨਾਲ ਨੇ ਫਸਟ ਓਨਰ ਹੈ 65,000 ਚੱਲੀ ਹੈ ਤੇ ਵੀਰਸ ਇਹ ਹੈ ਅੰਦਰ ਦੀ ਕੰਡੀਸ਼ਨ ਤੇ ਡਿਮਾਂਡ ਕੀ ਕਰਦੇ ਹੋ ਸਰ ਇਹ ਹੈ ਜੀ ਡਿਮਾਂਡ 1,40,000 ਦੀ 1,40,000 ਇਹ ਹੈ ਬੈਕ ਸਾਈਡ ਦੀ ਕੰਡੀਸ਼ਨ
ਤੇ ਨੈਕਸਟ ਸਰ ਇਹਦੀ ਡਿਟੇਲ ਦੱਸਿਓ ਇਹ ਸੇਲ ਹੈ ਜੀ 2014 ਮਾਡਲ ਫਸਟ ਆਉਂਦਾ ਰਹਿ ਠੀਕ ਹੈ 55,000 3,65,000 ਦੀ ਡਿਮਾਂਡ ਹੈ ਜੀ ਠੀਕ ਹੈ ਤੇ ਵੀਅਰਸ 3,65,000 ਡਿਮਾਂਡ ਕਰਦੇ ਨੇ ਬਾਕੀ ਮੌਕੇ ਤੇ ਔਨ ਟੇਬਲ ਡਿਸਕਾਊਂਟ ਮਿਲੂਗਾ ਕੰਡੀਸ਼ਨ ਦੇਖ ਸਕਦੇ ਹੋ ਤੇ ਅੰਦਰੋਂ ਕੰਡੀਸ਼ਨ ਦੇਖ ਸਕਦੇ ਹੋ ਤੇ ਵੀਰਸ ਇਹ ਹੈ ਬੈਕ ਸਾਈਡ ਦੀ ਕੰਡੀਸ਼ਨ ਇਹ ਡੀਜ਼ਲ ਦੇ ਵਿੱਚ ਆ LS ਮੋਡਲ ਤੇ ਨੈਕਸਟ ਸਰ ਇਹਦੀ ਡਿਟੇਲ ਦੱਸਿਓ ਡਿਟੇਲ ਵਿੱਚ ਹੀ ਲੈਂਸ ਸ਼ੋਰੂਮ ਪੀਸ ਕੰਡੀਸ਼ਨ ਹੈ ਆਪਣੀ ਗੱਡੀ ਦੀ ਹਾਂਜੀ ਤੇ ਕਿਤੋਂ ਪੇਂਟ ਨਹੀਂ ਹੈਗੀ ਠੀਕ ਹੈ ਤੇ ਬੰਪਰ ਪੇਂਟ ਹੈ ਗੱਡੀ ਦੇ ਠੀਕ ਹੈ ਤੇ ਦਿੱਲੀ 75,000 75,000 ਚੱਲੀ ਹੋਈ ਹੈ ਠੀਕ ਹੈ ਟਾਇਰ ਨਵੇਂ ਬੀਮਾ ਫੁੱਲਰ ਓਕੇ ਦੋਨੇ ਚਾਬੀਆਂ ਨਾਲ ਠੀਕ ਹੈ ਸਿੰਗਲ ਹੱਥ ਚੱਲੀ ਹੋਈ ਗੱਡੀ ਹੈ ਓਕੇ ਫਸਟ ਓਨਰ ਹੈ ਫਸਟ ਓਨਰ ਪਾਰਟੀ ਦੀ ਗੱਡੀ ਹੈ ਸ਼ੋਰੂਮ ਵੀ ਕੰਡੀਸ਼ਨ ਹੈ ਗੱਡੀ ਦੀ ਲੈਦਰ ਦੇ ਸ਼ੀਟ ਕਵਰ ਵਧੀਆ ਪਏ ਤੇ ਵੀਅਰਸ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਕਾਫੀ ਵਧੀਆ ਕੰਡੀਸ਼ਨ ਹੈ ਇਹ ਹੈ ਸਾਈਡ ਲੁੱਕ ਤੇ ਫਰੰਟ ਲੁੱਕ ਤੁਸੀਂ ਦੇਖ ਲਿਆ ਹੁਣ ਚੱਲਦੇ ਹਾਂ ਅੰਦਰ ਅੰਦਰ ਦੀ ਕੰਡੀਸ਼ਨ ਤੁਹਾਨੂੰ ਦਿਖਾ ਦਿੰਦੇ ਹਾਂ ਇਹ ਹੈ ਅੰਦਰ ਦੀ ਕੰਡੀਸ਼ਨ ਸਰ ਕਿੰਨੀ ਚੱਲੀ ਇਹ ਓਕੇ ਡਿਮਾਂਡ ਕੀ ਕਰਦੇ ਸਰ ਇਹ 2,30,000 ਰੁਪਏ ਡਿਮਾਂਡ ਹੈ ਜੀ ਓਕੇ ਪ੍ਰਾਈਸ ਤਾਂ ਨੈਗੋਸ਼ੀਏਬਲ ਹੀ ਔਨ ਟੇਬਲ ਡਿਸਕਾਊਂਟ ਕਰ ਦੋਗੇ ਨਾ ਠੀਕ ਹੈ 5,000 ਰੁਪਏ ਤੋਂ ਤੋੜ ਲਓ ਠੀਕ ਹੈ ਤੇ ਵੀਅਰਸ ਇਹ ਹੈ ਬੈਕ ਸਾਈਡ ਦੀ ਕੰਡੀਸ਼ਨ ਤੇ ਵੀਅਰਸ ਅੰਦਰੋਂ ਦੇਖ ਸਕਦੇ ਹੋ ਕਾਫੀ ਵਧੀਆ ਕੰਡੀਸ਼ਨ ਆ ਬਿਲਕੁਲ ਸਾਫ ਆ ਸਾਰੀ ਸ਼ੀਟ ਲੱਗਦੀ ਕਰ ਦੋ ਤੇ ਨੈਕਸਟ ਸਰ ਇਹਦੀ ਡਿਟੇਲ ਦੱਸਿਓ ਆਲਟੋ K10 2012 ਮਾਡਲ ਠੀਕ ਹੈ VX ਆਈ ਹੈ ਜੀ ਫਸਟ ਆਉਂਦਾ ਹੈ ਇਹ ਸ਼ੋਰਸ ਵੀ ਹੈਗੀ ਹੈ 65,000 ਚੱਲੀ ਹੈ ਕਿੰਨੀ ਚੱਲੀ ਹੈ ਸਰ ਚੱਲੀ ਹੈ ਜੀ 65,000 ਅਤੇ ਡਿਮਾਂਡ ਕੀ ਕਰਦੇ ਹੋ ਡਿਮਾਂਡ ਹੈਗੀ 2,50,000 ਰੁਪਏ 2,50,000 ਰੁਪਏ ਠੀਕ ਹੈ ਅਤੇ ਵੀਅਰਸ ਇਹ ਹੈ ਬੈਕ ਸਾਈਡ ਕੰਡੀਸ਼ਨ ਇਹ ਡੀਜ਼ਲ ਦੇ ਵਿੱਚ ਪੈਟਰੋਲ ਦੇ ਵਿੱਚ ਆ VXI ਅਤੇ ਸਰ ਇਹਦੀ ਡਿਟੇਲ ਦੱਸਿਓ ਪਿਕੂ ਆਈ 2011 ਮਾਡਲ ਠੀਕ ਹੈ ਪਹਿਲੇ ਮਾਡਲ ਦੀ ਕਰ ਰਿਹਾ ਫਸਟ ਮਾਡਲ ਦਾ 70,000 ਚੱਲੀ ਹੈ ਜੀ ਇਹਨਾਂ ਨੂੰ ਲਾਈਟਰ ਨਵੇਂ ਨੇ ਡਿਮਾਂਡ ਹੈਗੀ 2,20,000 ਦੀ ਠੀਕ ਆ ਤੇ ਵੀਅਰਸ ਇਹ ਹੈ ਅੰਦਰ ਦੀ ਕੰਡੀਸ਼ਨ ਜਿੱਦਾਂ ਕਿ ਤੁਹਾਨੂੰ ਕਿਹਾ ਹੀ ਹੈ ਕਿ ਇੱਕ ਲੱਖ ਤੋਂ ਲੈ ਕੇ ਇੱਕ 2, 3, 4 ਇੱਦਾਂ ਦੇ ਪ੍ਰਾਈਜ਼ ਦੇ ਵਿੱਚ ਸਾਰੀ ਗੱਡੀ ਆ ਇਹ ਹੈ 2,20,000 ਦੇ ਵਿੱਚ ਬਾਕੀ ਪ੍ਰਾਈਜ਼ ਨੈਗੋਸ਼ੀਏਬਲ ਆ ਇਹ ਹੈ ਬੈਕ ਸਾਈਡ ਦੀ ਕੰਡੀਸ਼ਨ ਨੈਕਸਟ ਸਰ ਇਹਦੀ ਡਿਟੇਲ ਦੱਸਿਓ ਨਿਸਾਨ ਮਾਈਕਰਾ 2011 ਮਾਡਲ ਹੈ ਫਸਟ ਓਨਰ ਹੈ ਇੰਸ਼ੋਰੈਂਸ ਵੀ ਹੈਗੀ ਹੈ 84,000 ਚੱਲੀ ਹੈ ਜੀ ਤੇ ਵੀਅਰਸ ਇਹ ਅੰਦਰ ਦੀ ਕੰਡੀਸ਼ਨ ਇਹ ਫਸਟ ਓਨਰ ਦਾ ਕੀ ਡਿਮਾਂਡ ਕਰਦੇ ਹੋ ਸਰ 2,00,000 ਰੁਪਏ ਦੀ 2,50,000 ਡਿਮਾਂਡ ਆ ਪੁਸ਼ ਬਟਨ ਸਟਾਰਟ ਤੇ ਪੁਸ਼ ਬਟਨ ਸਟਾਰਟ ਆ ਜੋ ਕਿ ਤੁਸੀਂ ਦੇਖ ਸਕਦੇ ਹੋ ਪ੍ਰਾਈਜ਼ ਸਾਰੇ ਨੈਗੋਸ਼ੀਏਬਲ ਆ ਜੋ ਵੀ ਤੁਹਾਨੂੰ ਦਿਖਾ ਰਹੇ ਹਾਂ ਔਨ ਟੇਬਲ ਡਿਸਕਾਊਂਟ ਦਿੱਤਾ ਜਾਊਗਾ ਤੁਹਾਨੂੰ ਤੇ ਨੈਕਸਟ ਸਰ ਇਹਦੀ ਡਿਟੇਲ ਦੱਸਿਓ ਇਹ ਹੈ ਜੀ 2007 ਮਾਡਲ ਸਪਾਰਕ ਸਪਾਰਕ 2007 ਮਾਡਲ ਠੀਕ ਹੈ ਫਸਟ ਆਉਂਦਾ ਜੀ ਲਾਈਟ ਟਾਇਰ ਨਵੇਂ ਤੇ ਇਹਦੇ ਲਵਾਏ ਤੇ ਟਾਇਰ ਦੇਖ ਲਓ ਬਿਲਕੁਲ ਨਿਊ ਆ ਕੁਝ ਲੱਗਾ ਹੋਇਆ ਠੀਕ ਆ
ਤੇ ਵੀਵਰਸ ਇਹ ਹੈ ਅੰਦਰ ਦੀ ਕੰਡੀਸ਼ਨ ਸੈਕਿੰਡ ਆਉਂਦਾ ਜੀ ਦੋਨੇ ਚਾਬੀਆਂ ਐਂਪ ਬੂਫਰ ਸਭ ਕੁਝ ਲੱਗਾ ਹੋਇਆ ਤੇ ਵੀਵਰਸ ਇਹ ਹੈ ਬੈਕ ਸਾਈਡ ਦੀ ਕੰਡੀਸ਼ਨ ਇਹਦੇ ਵਿੱਚ ਆਹ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਅਲੱਗ ਤੋਂ ਆਹ ਮੋਡੀਫਿਕੇਸ਼ਨ ਕਰਵਾਏ ਨੇ ਲੋਕ ਇਹਨਾਂ ਨੇ ਲਾਈਟ ਟਾਇਰ ਐਂਪ ਬੂਫਰ ਸਭ ਕੁਝ ਲੱਗਾ ਹੋਇਆ ਜੀ ਠੀਕ ਹੈ ਕੀ ਡਿਮਾਂਡ ਕਰਦੇ ਹੋ ਸਰ ਇਹ ਡਿਮਾਂਡ ਹੈ ਜੀ 115,000 ਦੀ 115,000 ਓਨਲੀ ਤੇ ਲਾਸਟ ਤੁਹਾਨੂੰ ਨੈਨੋ ਦਿਖਾਉਣ ਲੱਗੇ ਜਿਨ੍ਹਾਂ ਦੀ ਬਜਟ 50-60,000 ਆ ਉਹਨਾਂ ਵਾਸਤੇ ਤੇ ਇਹ ਹੈ 2011 ਮਾਡਲ ਦੱਸੋ ਸਰ ਡਿਟੇਲ ਇਹਦੀ 11 ਮਾਡਲ ਹੈ ਨੈਨੋ 18,000 ਚੱਲੀ ਹੈ ਜੀ ਕੱਲੀ 18,000 ਚੱਲੀ ਹੋਈ ਓਨਲੀ ਰਿਕਾਰਡ ਕਾਰ ਸਾਰਾ ਉੱਪਰ ਹਿਲਦਾ ਇੰਸ਼ੋਰੈਂਸ ਵੀ ਹੈਗੀ ਹੈ ਜੀ ਡਿਮਾਂਡ ਹੈਗੀ ਹੈ ਜੀ 65,000 ਓਨਲੀ 65,000 ਤੇ ਵੀਵਰਸ ਇਹ ਹੈ ਅੰਦਰ ਦੀ ਕੰਡੀਸ਼ਨ ਇਹ ਚੱਲੀ ਹੈ 18,000 ਗਲਤ ਤੇ ਅੰਦਰੋਂ ਕੰਡੀਸ਼ਨ ਇੱਦਾਂ ਦੀ ਹੈ ਤੇ ਇਹ ਪ੍ਰਾਈਜ਼ ਹੈ 65,000 ਓਨਲੀ ਬਾਕੀ ਮੌਕੇ 'ਤੇ ਡਿਸਕਾਊਂਟ ਵਗੈਰਾ ਜੋ ਵੀ ਹੋਊਗਾ ਮਾਨ ਵਗੈਰਾ ਕਰਨਗੇ ਇਹ ਹੈ ਬੈਕ ਸਾਈਡ ਦੀ ਕੰਡੀਸ਼ਨ ਪੈਟਰੋਲ ਦੇ ਵਿੱਚ ਅਤੇ ਵੀਵਰਸ ਇਹਨੇ ਦੀਪ ਮੋਟਰਸ ਦੇ ਓਨਰ ਸਰ ਜਿਹੜੀਆਂ ਵੀ ਆਪਾਂ ਗੱਡੀਆਂ ਦਿਖਾਈਆਂ ਨੇ ਅਤੇ ਪ੍ਰਾਈਜ਼ ਸਾਰੇ ਨੈਗੋਸ਼ੀਏਬਲੀ ਰਹਿਣਗੇ ਮੌਕੇ 'ਤੇ ਕਰ ਦੋਗੇ ਹੈ ਨਾ ਕੋਈ ਵੀ ਕਾਰ ਅਸੀਂ ਟ੍ਰਾਂਸਫਰ ਕਰਵਾਏ ਬਗੈਰ ਨਹੀਂ ਦੇਣੀ ਠੀਕ ਹੈ ਪਹਿਲੀ ਸ਼ਰਤ ਵੀ ਹੈ ਕਿਉਂਕਿ ਮੁੜਕੇ ਲੋਕ ਟ੍ਰਾਂਸਫਰ ਕਰਵਾਉਂਦੇ ਨਹੀਂ ਅਤੇ ਸਾਨੂੰ ਪ੍ਰੋਬਲਮ ਬਹੁਤ ਆਉਂਦੀ ਠੀਕ ਹੈ ਅਤੇ ਸਰ ਆਪਣਾ ਪਰਮਾਨੈਂਟ ਐਡਰੈਸ ਵੀ ਇੱਕ ਵਾਰੀ ਦੱਸ ਦਿਓ ਦੀਪ ਮੋਟਰ ਰਾੜੇ ਵਾਲਾ ਮਾਰਕੀਟ ਸ਼ੋਪ ਨੰਬਰ 48 ਅਤੇ ਵੀਰਸ ਇਹਨਾਂ ਦੇ ਨੰਬਰ ਵਗੈਰਾ ਅਤੇ ਐਡਰੈਸ ਡਿਸਕ੍ਰਿਪਸ਼ਨ ਦੇ ਵਿੱਚ ਮੈਨਸ਼ਨ ਆ ਅਤੇ ਕਿਸੇ ਵੀ ਗੱਡੀ ਦੀ ਕੁਐਰੀ ਹੋਵੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਪ੍ਰਾਈਜ਼ ਸਾਰੇ ਨੈਗੋਸ਼ੀਏਬਲ ਆ ਔਨ ਟੇਬਲ ਡਿਸਕਾਊਂਟ ਦਿੱਤਾ ਜਾਊਗਾ